ਮੁਕਤਸਰ ਸਾਹਿਬ ਦੀ ਮੰਡੀ ਕਿਲਿਆਂ ਵਾਲੇ ਵਿੱਚੋਂ 25 ਤਰੀਕ ਨੂੰ ਗਰੀਬ ਜੋਗੀ ਪਰਿਵਾਰ ਦੀਆਂ ਦੋ ਨਾਬਾਲਿਗ ਲੜਕੀਆਂ ਭੇਤ ਭਰੇ ਹਾਲਾਤਾਂ ਵਿੱਚ ਗਾਇਬ ਹੋ ਗਈਆਂ। ਇਸ ਬਾਬਤ ਗਰੀਬ ਜੋਗੀ ਪਰਿਵਾਰ ਵੱਲੋਂ ਥਾਣੇ ਵਿੱਚ ਮਾਮਲਾ ਦਰਜ ਕਰਵਾ ਦਿੱਤਾ ਗਿਆ ਸੀ, ਪਰ ਵਾਰ ਵਾਰ ਪੁਲਿਸ ਚੌਂਕੀ ਦੇ ਚੱਕਰ ਮਾਰਨ ਦੇ ਬਾਵਜੂਦ ਵੀ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਇਹਨਾਂ ਲੜਕੀਆਂ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ, ਜਦੋਂ ਕਿ ਲੜਕੀਆਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਨੀਲਮ ਨਾਂ ਦੀ ਇੱਕ ਔਰਤ ਤੇ ਲੜਕੀਆਂ ਨੂੰ ਗਾਇਬ ਕਰਨ ਦਾ ਸ਼ੱਕ ਜ਼ਾਹਿਰ ਕੀਤਾ ਗਿਆ ਸੀ। ਇਸ ਬਾਬਤ ਪੀੜਤ ਪਰਿਵਾਰ ਗਿੱਦੜਵਾਹਾ ਦੇ ਰਹਿਣ ਵਾਲੇ ਪਰਮਪਾਲ ਪੰਮੀ ਜੋ ਕਿ ਭੀਮ ਆਰਮੀ ਦੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨੂੰ ਅਤੇ ਸਮਾਜ ਸੇਵੀ ਸੁਰਿੰਦਰ ਕੁਮਾਰ ਨੂੰ ਮਿਲਿਆ ਅਤੇ ਉਹਨਾਂ ਦੀ ਕਾਰਵਾਈ ਸਦਕਾ CIA ਸਟਾਫ ਨੇ ਨਾਬਾਲਿਗ ਲੜਕੀਆਂ ਨੂੰ ਉਸੇ ਨੀਲਮ ਰਾਣੀ ਕੋਲੋਂ ਬਰਾਮਦ ਕਰ ਲਿਆ। ਉੱਥੇ ਪੁਲਿਸ ਨੇ ਇਸ ਮਾਮਲੇ ਵਿੱਚ ਨੀਲਮ ਰਾਣੀ ਅਤੇ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਕੀ ਤੁਹਾਡਾ ਨਾਮ ਜੀ? ਮੇਰਾ ਨਾਮ ਧਨਪਾਲ ਆ, ਮੈਂ ਜ਼ਿਲ੍ਹਾ ਮੁਕਤਸਰ ਭੀਮ ਆਰਮੀ ਦਾ ਟ੍ਰੇਨਡ ਹਾਂ। ਕਿਲਿਆਣੀ ਤੋਂ ਦੋ ਨਾਬਾਲਗ ਲੜਕੀਆਂ ਗਵਾਈਆਂ, ਕਿਸ ਤਰ੍ਹਾਂ ਤੁਹਾਡੇ ਕੋਲ ਮਾਮਲਾ ਪਹੁੰਚਿਆ ਤੇ ਕਿਸ ਤਰ੍ਹਾਂ ਮਾਮਲਾ ਪੁਲਿਸ ਨੇ ਉਸ ਨੂੰ ਜਾਂਚ ਕੀਤੀ? ਇਹ ਪੰਜ-ਛੇ ਦਿਨ ਪਹਿਲਾਂ ਦੀ ਗੱਲ ਹੈ ਕਿ ਸਾਡੇ ਕੋਲ ਇੱਕ ਡੱਬਲੀ ਤੋਂ ਜਿਹੜਾ ਕਿਲਿਆਣੀ ਤੋਂ ਪਰਿਵਾਰ ਜੋਗੀਆਂ ਦਾ ਆਇਆ ਸੀਗਾ, ਨਛੱਤਰ ਸਿੰਘ ਬਾਬਾ ਜੀ ਮੇਰੇ ਮਿੱਤਰਾਂ ਭੀਮ ਆਰਮੀ ਦੇ ਵਾਈਸ ਪ੍ਰਧਾਨ ਨੇ, ਇਹਨਾਂ ਕੋਲ ਪਹੁੰਚੇ ਸੀਗੇ। ਉਸ ਵਕਤ ਅਸੀਂ ਗੁਰਮੇਜ ਸਿੰਘ ਜੋ ਇੰਚਾਰਜ ਆ ਉਹਨਾਂ ਗੱਲ ਕੀਤੀ ਵੀ ਭਾਈ ਇਹ ਲੜਕੀਆਂ ਨਾਬਾਲਗ ਗਾਇਬ ਹੋਈਆਂ, ਤੁਹਾਡਾ ਕੀ ਆ? ਤਾਂ ਪਹਿਲਾਂ ਇਹ ਨੀਲਮ ਜਿਹੜੀ ਲੜਕੀ ਆ ਪਕੜੀ ਆ ਔਰਤ, ਇਸ ਨੂੰ ਕਹਿ ਰਹੇ ਸੀ ਇਹਨਾਂ ਕੋਲ ਹੈ ਨਹੀਂ ਗੀ। ਪਰ ਜਦੋਂ ਅਸੀਂ SSP ਸਾਹਿਬ ਨਾਲ ਗੱਲ ਕੀਤੀ ਉਹਨਾਂ ਦੇ ਧਿਆਨ 'ਚ ਲਿਆਉਂਦੀ ਗੱਲ, ਤਾਂ ਉਹਨਾਂ ਨੇ ਫਿਰ CI ਨੂੰ ਕੇਸ ਦਿੱਤਾ। ਉਸੇ ਨੀਲਮ ਤੋਂ ਅੱਗੇ ਟਰੇਸ ਹੋਈਆਂ ਲੜਕੀਆਂ, ਉਹਦੇ ਵਿੱਚ ਇੱਕ ਆਪਣੇ ਜੋ ਸਰ ਇੱਕ ਨਾ ਡੱਬ ਵਾਲੀ ਖੇਤਰ 'ਚ ਜੋ ਪੰਜਾਬ ਦਾ ਥਾਣਾ ਪੈਂਦਾ ਕਿਲਿਆਂ ਵਾਲੀ, ਉੱਥੋਂ ਕੁਛ ਲੜਕੀਆਂ ਦੇ ਮਿਸ ਹੋਣ ਦੀ ਸੂਚਨਾ ਮਿਲੀ ਹੈ, ਇਸ ਸੰਬੰਧੀ ਪੁਲਿਸ ਦੀ ਜੋ ਕਾਰਵਾਈ ਹੈ ਹੁਣ ਕਿੱਥੋਂ ਤੱਕ ਪਹੁੰਚ ਚੁੱਕੀ ਹੈ ਜੀ? ਇੱਦਾਂ ਹੈ ਜੀ ਕਿ ਪਿਛਲੇ ਮਹੀਨੇ ਦੀ 25 ਤਰੀਕ ਨੂੰ ਜਿਹੜਾ ਸਾਡਾ ਚੌਂਕੀ ਇੰਚਾਰਜ ਕਿਲਿਆਂ ਵਾਲੀ ਹੈ ਉਹਨੂੰ ਜਾਣਕਾਰੀ ਦਿੱਤੀ ਇੱਕ ਨੱਥਾ ਸਿੰਘ ਨੇ ਕਿ ਉਹਦੀ ਇੱਕ ਭਤੀਜੀ ਅਤੇ ਇੱਕ ਉਹਦੀ ਲੜਕੀ ਜਿਹੜੀ ਹੈ ਸਪਨਾ ਅਤੇ ਨੀਲਮ, ਜਿਹੜੀਆਂ ਦੋਵੇਂ ਕਿ ਨਾਬਾਲਗ ਹਨ, ਉਹ ਘਰੋਂ ਜੰਗਲ ਪਾਣੀ ਦਾ ਬਹਾਨਾ ਕਹਿ ਕੇ ਗਈਆਂ ਸੀ, ਪਰ ਅਸੀਂ ਤਾਂ ਘਰ ਵਾਪਸ ਨਹੀਂ ਆਈਆਂ। ਜਿਸ 'ਤੇ ਜਿਹੜਾ ਆਪਣਾ ਇੰਚਾਰਜ ਕਿਲਿਆਂ ਵਾਲੀ ਹੈਗਾ ਉਹਨੇ ਤੁਰੰਤ FIR ਲਾਂਚ ਕੀਤੀ ਅਤੇ ਨਾਲ ਕੀ ਨਾਂ ਤੁਹਾਡਾ? ਰਿਆਜਲਨਾਥ। ਕਿਹੜੀ ਬਰਾਦਰੀ ਹੈ? ਜੋਗੀਨਾਥ। ਕਦੋਂ ਤੁਹਾਡੀਆਂ ਕੁੜੀਆਂ ਜਿਹੜੀਆਂ ਗਵਾਹ ਹੋਈਆਂ ਸੀ? 25 ਤਰੀਕ ਨੂੰ 3 ਲੈਡ ਰਿੰਗ ਆਈਆਂ ਸੀ, 2 ਤਾਂ ਕੁੜੀਆਂ ਗਿਰਨੈਪ ਕਰ ਲਈਆਂ ਸੀ, ਇੱਕ ਉਹਨਾਂ ਤੋਂ ਭੱਜੇ ਆਈ ਸੀ। ਜਿਹੜੀ ਭੱਜ ਕੇ ਆਈ ਸੀ ਉਹਨੇ ਦੱਸਿਆ ਸੀ ਜੋ ਫਲਾਨੀ ਨੀਲ ਪਕੋਲੇ ਗਈਆਂ ਕੁੜੀ, ਉਹ ਉੱਥੇ ਹੱਟਣਾ ਹਰ 7 ਦਿਨ ਪੁਲਿਸ ਰਾਹ ਹੀ ਨਹੀਂ ਦਿੰਦੀ ਸੀ। ਫਿਰ ਉੱਥੋਂ ਦੀ ਫਿਰ ਅੱਗੇ ਦੀ ਅੱਗੇ ਅਸੀਂ ਮੁੰਗਸਰ ਗਏ, ਪਰ ਉਹਨੇ ਰਾਹ ਕਢਾਇਆ ਸੀ ਇਹ ਚੀਜ਼ ਦਾ। ਕਿੱਥੋਂ ਬਰਾਮਦ ਹੋਈਆਂ ਕੁੜੀਆਂ? ਨੀਲਮ ਨੇ ਗਾਇਬ ਕਰੀਆਂ ਗਈਆਂ, ਅਸੀਂ ਉੱਥੇ ਕਿਲੇ ਵਾਲੀ ਚੌਂਕੀ ਚ ਗਏ ਆ, ਉੱਥੇ ਸਾਨੂੰ ਕੋਈ ਰਾਹ ਮਿਲਿਆ ਨੀ, ਨਾ ਜਵਾਬ ਹੀ ਦਿੱਤਾ ਪੁਲਿਸ ਨੇ। ਤੁਹਾਡੀਆਂ ਲੜਕੀਆਂ ਦੀ ਕਿੰਨੀ ਉਮਰ ਹੈਗੀ ਆ, ਕਿੰਨੀ ਸਾਲਾਂ ਦੀ? ਸਾਡੀਆਂ ਲੜਕੀਆਂ ਇੱਕ 13 ਸਾਲ ਦੀ ਹੈ, ਇੱਕ 16 ਸਾਲ ਦੀ ਹੈ। ਕਿਲਿਆਣੀ ਮੰਡੀ ਤੋਂ ਗਈਆਂ ਸੀਗੀਆਂ, ਇਹਨਾਂ ਨੇ ਪੁਲਿਸ ਨੂੰ ਇੱਕ ਐਪਲੀਕੇਸ਼ਨ ਦਿੱਤੀ, ਉਹਨਾਂ ਨੇ 363-366 ਦਾ ਪਰਚਾ ਦਰਜ ਕੀਤਾ ਨਾ ਮਾਲੂਮ ਤੇ। ਉਦੋਂ ਬਾਅਦ ਪੁਲਿਸ ਦਾ ਕੋਈ ਰਵੱਈਆ ਹੋ ਕੇ ਜਾਂ ਉਹਨਾਂ ਨੇ ਮਿਲੇ ਹੋਣ ਕਰਕੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਉਦੋਂ ਬਾਅਦ ਅਸੀਂ ਸੀਨੀਅਰ ਅਫਸਰਾਂ ਦੇ ਧਿਆਨ 'ਚ ਲਿਆਏ, IG ਸਾਹਿਬ ਦੇ ਵੀ ਧਿਆਨ 'ਚ ਲਿਆਏ, ਅਤੇ ਉਦੋਂ ਬਾਅਦ ਆਪਣੇ SSP ਸਾਹਿਬ ਨੂੰ ਵੀ ਜਾ ਕੇ ਮਿਲੇ। SSP ਸਾਹਿਬ ਨੇ ਸਾਨੂੰ ਇਨਸਾਫ ਦਵਾਇਆ, 2 ਦਿਨਾਂ ਦੇ ਵਿੱਚ ਤੁਹਾਨੂੰ ਕੁੜੀਆਂ ਬਰਾਮਦ ਕਰ, ਉਹਨਾਂ ਨੇ ਫਿਰ CI ਸਟਾਫ ਨੂੰ ਦਿੱਤਾ। ਅਸੀਂ ਦਿਨ ਰਾਤ ਇੱਕ ਕਰਕੇ 12 ਦਿਨਾਂ ਤੋਂ
ਇਹਨਾਂ ਦੀ ਅੱਜ ਜੋਗੀਆਂ ਨੂੰ ਇਨਸਾਫ ਦਵਾਇਆ, ਇਹਨਾਂ ਦੀ ਕੁੜੀਆਂ ਅੱਜ ਬਰਾਮਦ ਕੀਤੀ ਹੈ ਤੇ 2 ਮਿੰਟ ਮਾੜਾ ਜਿਹਾ ਕੁੜੀ ਦਾ ਦਾਦਾ।